ਪੰਜਾਬੀ ਲਾਈਵ ਸ਼ੋਅਸ ਦੇਖ ਰਹੇ ਸਾਰੇ ਸੱਜਣਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਾਡੇ ਚੈਨਲ ਨੂੰ ਕਰ ਦਿਉ ਸਬਸਕ੍ਰਾਈਬ ਅਤੇ ਨਾਲ ਦੀ ਨਾਲ ਬੈੱਲ ਆਈਕਨ ਦੇ ਉੱਤੇ ਕਲਿੱਕ ਕਰ ਦਿਉ ਅਤੇ ਦੇਖੋ ਹਰ ਵੀਡੀਓ ਸਭ ਤੋਂ। ਸੋ ਦੋਸਤੋ, ਹੁਣੇ ਹੁਣੇ ਸਾਡੇ ਹੱਥ ਇੱਕ ਵੱਡੀ ਖਬਰ ਲੱਗੀ ਹੈ ਜਿਸ ਵਿੱਚ ਇਹ ਦੱਸਿਆ ਜਾ ਰਿਹਾ ਕਿ ਬੱਬੂ ਮਾਨ ਦੀ ਨਵੀਂ ਫਿਲਮ ਬਣਜਾਰਾ, ਜਿਸ ਵਿੱਚ ਬੱਬੂ ਮਾਨ ਦੀ ਨਵੀਂ ਲੁੱਕ ਸਾਹਮਣੇ ਆਈ ਹੈ ਕਿ ਬੱਬੂ ਮਾਨ ਨੇ ਸਿਰ ਦੇ ਉੱਤੇ ਕੇਸਕੀ ਅਤੇ ਪੂਰੀ ਦਾੜ੍ਹੀ ਰੱਖੀ ਹੋਈ ਹੈ। ਜੀ ਹਾਂ ਦੋਸਤੋ, ਬੱਬੂ ਮਾਨ ਇਸ ਕਿਰਦਾਰ ਵਿੱਚ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ। ਸੋ ਦੋਸਤੋ, ਇਹ ਫੋਟੋ ਸਾਨੂੰ ਬਰਾੜ ਸਾਹਿਬ ਨੇ ਕੈਨੇਡਾ ਤੋਂ ਸਪੈਸ਼ਲੀ ਮੇਲ ਕਰਕੇ ਭੇਜੀ ਹੈ। ਜੀ ਹਾਂ ਦੋਸਤੋ, ਬੱਬੂ ਮਾਨ ਦੀ ਬਣਜਾਰਾ ਫਿਲਮ ਦੀ ਇਹ ਲੁੱਕ ਬਹੁਤ ਹੀ ਪ੍ਰਭਾਵਸ਼ਾਲੀ ਹੈ। ਅਤੇ ਦੋਸਤੋ, ਬੱਬੂ ਮਾਨ ਦੀ ਬਣਜਾਰਾ ਮੂਵੀ ਪਿਛਲੇ ਸਾਲ ਤੋਂ ਸ਼ੂਟ ਹੋ ਰਹੀ ਹੈ ਅਤੇ ਹੁਣ ਇਸ ਦੀ ਸ਼ੂਟਿੰਗ ਬੰਦ ਹੋ ਚੁੱਕੀ ਹੈ, ਅਤੇ ਬੱਬੂ ਮਾਨ ਦੀ ਇਹ ਫਿਲਮ ਦੀ ਸ਼ੂਟਿੰਗ ਪੰਜਾਬ ਅਤੇ ਕੈਨੇਡਾ ਦੇ ਵਿੱਚ ਹੋਈ ਹੈ। ਸੋ ਦੋਸਤੋ, ਬੱਬੂ ਮਾਨ ਦੀ ਇਹ ਬੇਸਿਕਲੀ ਫਿਲਮ ਟਰੱਕ ਡਰਾਈਵਰਾਂ ਦੇ ਉੱਤੇ ਹੈ, ਅਤੇ ਨਾਲ ਦੀ ਨਾਲ ਇਸ ਦੇ ਨਾਲ ਰਾਣਾ ਰਣਵੀਰ ਅਤੇ ਟੈਲੀਫੋਨ ਵਾਲੀ ਮਾਡਲ ਨੇ ਵੀ ਕੰਮ ਕੀਤਾ ਹੈ। ਸੋ ਦੋਸਤੋ, ਹਾਲੇ ਇਸ ਦੀਆਂ ਰਿਲੀਜ਼ਿੰਗ ਡੇਟਸ ਫਾਈਨਲ ਨਹੀਂ ਹੋਈਆਂ, ਪਰ ਸੂਤਰਾਂ ਤੋਂ ਇਹ ਗੱਲ ਪਤਾ ਲੱਗੀ ਹੈ ਕਿ 2018 ਦੇ ਵਿੱਚ ਬੱਬੂ ਮਾਨ ਇਹ ਫਿਲਮ ਰਿਲੀਜ਼ ਕਰ ਦੇਣਗੇ ਅਤੇ ਬਾਕਸ ਆਫਿਸ 'ਤੇ ਇਹ ਫਿਲਮ ਵੀ ਧਮਾਕੇਦਾਰ ਹਿੱਟ ਹੋਵੇਗੀ। ਸੋ ਦੋਸਤੋ, ਹੁਣ ਸਾਰੇ ਪੰਜਾਬੀਆਂ ਨੂੰ ਉਡੀਕ ਰਹੇਗੀ ਕਿ ਬੱਬੂ ਮਾਨ ਦੀ ਇਹ ਲੁੱਕ ਅਤੇ ਬੱਬੂ ਮਾਨ ਦੀ ਇਹ ਨਵੀਂ ਫਿਲਮ, ਜਿਸ ਦਾ ਕੋਨਸੈਪਟ ਬਿਲਕੁਲ ਨਵਾਂ ਹੈ, ਅਤੇ ਇਹ ਇੰਡਸਟਰੀ ਦੇ ਵਿੱਚ ਕਿਸ ਤਰ੍ਹਾਂ ਦਾ ਰੰਗ ਲੈ ਕੇ ਆਵੇਗੀ ਅਤੇ ਬਾਕੀ ਸਾਰੇ ਇਸ ਤੋਂ ਕਿਸ ਤਰ੍ਹਾਂ ਨਾਲ ਪ੍ਰਭਾਵਿਤ ਹੋਣਗੇ। ਸੋ ਦੋਸਤੋ, ਦੇਖਦੇ ਰਹੋ ਪੰਜਾਬੀ ਲਾਈਵ ਸ਼ੋਅ, ਜਲਦ ਹੀ ਆਵਾਂਗੇ ਅਗਲੀ ਅਪਡੇਟ ਨਾਲ। ਤਦ ਤੱਕ ਲਈ ਧੰਨਵਾਦ। ਪਹਿਲਾਂ